ਮੈਨੂੰ ਬਾਹਰ ਤੋਂ ਫੜ ਕੇ ਜੀ ਇੱਕ ਪਾਸੇ ਸ਼ਹਿਰ 'ਚ ਜਾ ਕੇ ਬਾਹਰ ਤੋਂ ਧੱਕੇ ਮਾਰ ਕੇ ਅਤੇ ਵੈਸੇ ਉਸਨੇ ਮੈਨੂੰ ਇੱਕ ਪਾਸੇ ਸ਼ਹਿਰ 'ਚ ਜਾ ਕੇ ਮੈਨੂੰ ਧੱਕੇ ਮਾਰੇ ਨੇ ਉਹਨੇ ਕਿਹਨੇ ਮਾਰੇ ਧੱਕੇ ਜੀ ਪਿੰਦੇ ਨੇ ਜੀ ਪਿੰਦੇ ਪ੍ਰਧਾਨ ਨੇ ਜੀ ਕਾਂਗਰਸ ਪਾਰਟੀ ਦੇ ਬੰਦੇ ਨੇ ਅਸੀਂ ਅਕਾਲੀ ਪਾਰਟੀ ਵਾਲੇ ਜੀ ਕੱਟੜ ਅਕਾਲੀ ਹਾਂ ਨਮਸਕਾਰ ਦੋਸਤੋ ਮੈਂ ਕਿਰਨ ਵਸ਼ਿਸ਼ਟ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਅਤੇ ਕਰੰਟ ਇਸ਼ੂ ਵਿੱਚ ਗੱਲ ਕਰਦੇ ਕਿ ਵੋਟ ਪ੍ਰਕਿਰਿਆ ਚੱਲ ਰਹੀ ਹੈ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਪਟਿਆਲਾ ਦੀ ਹੋਟ ਸੀਟ ਦੀ ਅਤੇ ਇਸ ਦੇ ਉੱਪਰ ਵੋਟਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਅਤੇ ਜਿਹਦੇ ਵਿੱਚ ਅਸੀਂ ਗੱਲ ਕਰੀਏ ਕਿ ਸਾਰੇ ਕੈਂਡੀਡੇਟ ਆਪਣੇ ਬੂਥਾਂ ਦਾ ਦੌਰਾ ਲਗਾ ਰਹੇ ਨੇ ਆਪਣੇ ਬੂਥ ਉੱਪਰ ਜਾ ਕਰ ਦੇਖ ਰਹੇ ਨੇ ਕਿ ਵੋਟਿੰਗ ਕਿਸ ਤਰ੍ਹਾਂ ਚੱਲ ਰਹੀ ਹੈ ਇਸ ਦੇ ਚੱਲਦੇ ਹੋਏ ਸੁਰਜੀਤ ਸਿੰਘ ਰੱਖੜਾ ਜੋ ਕਿ ਅਕਾਲੀ ਦਲ ਅਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਹੈ ਅਲੱਗ ਅਲੱਗ ਬੂਥਾਂ ਉੱਪਰ ਪਹੁੰਚੇ ਅਤੇ ਉਹਨਾਂ ਨੇ ਉੱਥੇ ਦਾ ਨਿਰੀਖਣ ਕੀਤਾ ਕਿ ਵੋਟਿੰਗ ਕਿਸ ਤਰ੍ਹਾਂ ਚੱਲ ਰਹੀ ਹੈ ਇਸ ਦੇ ਵਿੱਚ ਹੀ ਘਨੌਰ ਦੇ ਨਜ਼ਦੀਕ ਤੋਂ ਇੱਕ ਖਬਰ ਆ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਵੱਲੋਂ ਸਾਫ਼ ਤੌਰ 'ਤੇ ਕਾਂਗਰਸੀ ਇੱਕ ਵਰਕਰ ਦੇ ਉੱਪਰ ਕਾਂਗਰਸੀ ਐਮ ਸੀ ਦੇ ਉੱਪਰ ਆਰੋਪ ਲਗਾਇਆ ਜਾ ਰਿਹਾ ਕਿ ਮੈਨੂੰ ਬਾਂਹ ਤੋਂ ਫੜ ਕੇ ਬਾਹਰ ਕੱਢ ਦਿੱਤਾ ਅਤੇ ਵੋਟਾਂ ਨਾ ਪਾਉਣ ਦੀ ਗੁਜ਼ਾਰਿਸ਼ ਕੀਤੀ ਕੀ ਕੁਛ ਕਿਹਾ ਤੁਸੀਂ ਵੀ ਜ਼ਰਾ ਸੁਣੋ ਕੀ ਨਾਮ ਹੈ ਤੁਹਾਡਾ ਬਾਬਾ ਰਾਮ ਜੀ ਮੇਰੇ ਘਰ ਦੇ ਸਾਬਕਾ ਐਮ ਸੀ ਨੇ ਜੀ ਵਾਰਡ ਨੰਬਰ 10 ਘਨੌਰ ਦੇ ਜੀ ਉਹ ਕੀ ਕਹਿਣਾ ਚਾਹੁੰਦੇ ਹੋ ਉਹ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਜੀ ਮੈਂ ਸਵੇਰੇ ਗਿਆ ਸੀ ਆਪਣੇ ਬੰਦੇ ਨੂੰ ਬਿਠਾਉਣ ਵਾਸਤੇ ਏਜੰਟ ਨੂੰ ਉੱਥੇ ਮਿਲਿਆ ਮੈਨੂੰ ਭਿੰਦਾ ਭਿੰਦਾ ਕੌਣ ਹੈ ਜੀ ਭਿੰਦਾ ਜੀ ਇਹ ਪ੍ਰਧਾਨ ਹੈ ਜੀ ਇੱਥੋਂ ਦਾ ਕਾਂਗਰਸ ਪਾਰਟੀ ਦਾ ਅੱਛਾ ਕੀ ਕਿਹਾ ਤੁਹਾਨੂੰ ਭਿੰਦੇ ਨੇ ਉਹਨੇ ਭਿੰਦੇ ਨੇ ਇਹ ਕਿਹਾ ਕਿ ਵੀ ਜੇ ਤੂੰ ਅਕਾਲੀ ਪਾਰਟੀ ਨੂੰ ਵੋਟ ਪਾਏਗਾ ਤੇ ਮੈਂ ਤੇਰੇ ਪਰ ਪਰਚੇ ਪਵਾਉਣੇ ਸ਼ੁਰੂ ਕਰ ਦਿਆਂਗਾ ਅੱਛਾ ਜੀ ਵੀ ਜਿਹੜੀ ਫੈਕਟਰੀ ਉਹਨਾਂ ਨੇ ਲੁੱਟੀ ਉਹ ਸਾਰੀ ਫੈਕਟਰੀ ਦਾ ਇਲਜ਼ਾਮ ਤੇਰੇ 30-32 ਬੰਦਿਆਂ ਪਰ ਪਾ ਦਿਆਂਗਾ ਮੈਂ ਅੱਛਾ ਜੀ 20 ਵੋਟਾਂ ਤੋਂ ਵੱਧ ਜੇ 21 ਵੋਟਾਂ ਨਿਕਲ ਆਈਆਂ ਬਸ ਤੇਰੇ ਖਿਲਾਫ ਤੇਰੇ ਪਰ ਪਰਚੇ ਪਾਉਣੇ ਸ਼ੁਰੂ ਕਰ ਦਿਆਂਗਾ ਤੇਰੇ ਬੰਦਿਆਂ ਪਰ ਅੱਗੇ ਠੀਕ ਹੈ ਧਮਕੀ ਦਿੱਤੀ ਜੀ ਜਨਾਬ ਵੀ ਅਕਾਲੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਤੁਸੀਂ ਅੱਗੇ ਕੀ ਚਾਹੁੰਦੇ ਹੋ ਤੁਸੀਂ ਬਸ ਇਹ ਚਾਹੁੰਦੇ ਜੀ ਸਾਡੀ ਵੋਟ ਅਕਾਲੀ ਪਾਰਟੀ ਨੂੰ ਪਾਉਣਾ ਚਾਹੀਦੀ ਸਾਨੂੰ ਅਕਾਲੀ ਪਾਰਟੀ ਨੂੰ ਅੱਗਾ ਅਸੀਂ ਵੋਟ ਅਸੀਂ ਕੱਟੜ ਕਰਦੇ ਅਕਾਲੀ ਪਾਰਟੀ ਦੇ ਜਨਾਬ ਮੈਨੂੰ ਬਾਹਰ ਤੋਂ ਫੜ ਕੇ ਜੀ ਇੱਕ ਪਾਸੇ ਸ਼ਹਿਰ 'ਚ ਜਾ ਕੇ ਬਾਹਰ ਤੋਂ ਧੱਕੇ ਮਾਰ ਕੇ ਅਤੇ ਵੈਸੇ ਉਸਨੇ ਮੈਨੂੰ ਇੱਕ ਪਾਸੇ ਸ਼ਹਿਰ 'ਚ ਜਾ ਕੇ ਮੈਨੂੰ ਧੱਕੇ ਮਾਰੇ ਨੇ ਉਹਨੇ ਕਿਹਨੇ ਮਾਰੇ ਧੱਕੇ ਜੀ ਭਿੰਦੇ ਨੇ ਜੀ ਭਿੰਦੇ ਪ੍ਰਧਾਨ ਨੇ ਜੀ ਕਾਂਗਰਸ ਪਾਰਟੀ ਦੇ ਬੰਦੇ ਨੇ ਅਸੀਂ ਅਕਾਲੀ ਪਾਰਟੀ ਵਾਲੇ ਜੀ ਕੱਟੜ ਅਕਾਲੀ ਹਾਂ ਹਾਲਾਂਕਿ ਜਦੋਂ ਸੁਰਜੀਤ ਸਿੰਘ ਰੱਖੜਾ ਜੀ ਇੱਥੇ ਬੋਥਾਂ ਉੱਪਰ ਘੁੰਮ ਰਹੇ ਸਨ ਜਾਇਜ਼ਾ ਲੈ ਰਹੇ ਸਨ ਉਸ ਸਮੇਂ ਕਾਂਗਰਸੀ ਵਿਧਾਇਕ ਜਲਾਲਪੁਰ ਮਦਨ ਲਾਲ ਜਲਾਲਪੁਰ ਵੀ ਪਹੁੰਚੇ ਅਤੇ ਉੱਥੇ ਆਪਸ ਦੇ ਵਿੱਚ ਉਹਨਾਂ ਦਾ ਮੇਲ ਮਿਲਾਪ ਵੀ ਹੋਇਆ ਉਹ ਤਸਵੀਰਾਂ ਵੀ ਤੁਸੀਂ ਵੇਖੀਆਂ ਸੋ ਜੇਕਰ ਗੱਲ ਕਰੀਏ ਕਿ ਇਸ ਵਿਅਕਤੀ ਦੇ ਦਿੱਤੇ ਹੋਏ ਬਿਆਨਾਂ ਉੱਪਰ ਕਿ ਕਿਸ ਤਰ੍ਹਾਂ ਕਾਂਗਰਸ ਵੱਲੋਂ ਦਬਾਅ ਬਣਾਇਆ ਜਾ ਰਿਹਾ ਇਸ ਗੱਲ ਦੇ ਵਿੱਚ ਕੀ ਸੱਚਾਈ ਹੈ ਤਾਂ ਖੁਦ ਵਿਅਕਤੀ ਜਾਣਦਾ ਲੇਕਿਨ ਇਸ ਦੇ ਸਾਹਮਣੇ ਕੈਮਰੇ ਦੇ ਆ ਕੇ ਸਾਰਾ ਕੁਝ ਚਾਹੇ ਕਿ ਸੋ ਇਸ ਤਰ੍ਹਾਂ ਦੇਖਦੇ ਰਹੋ ਕਰੰਟ ਇਸ਼ੂ ਤੇ ਦੇਖਦੇ ਰਹਿਣਾ ਇਹ ਵਾਲਾ ਪੰਜਾਬੀ ਨਿਰਪੱਖ ਤੇ ਨਵੀਂ ਸੋਚ।